ਹਾਂਜੀ, ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਦੇ ਨਾਲ ਰਿਲੇਟਡ ਕੁਝ ਸਵਾਲ ਕਰਾਂਗੇ। ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਆ ਜੀ, ਦਾ ਫੈਕਟਰ ਜੀ ਇਨ ਦਾ ਸਪੀਅਰਮੈਨ ਡੈਫੀਨੇਸ਼ਨ ਆਫ ਇੰਟੈਲੀਜੈਂਸ ਸਟੈਂਡ ਫਾਰ। ਬੁੱਧੀ ਦੀ ਸਪੀਅਰਮੈਨ ਪਰਿਭਾਸ਼ਾ ਵਿੱਚ ਜੀ ਫੈਕਟਰ ਕੀ ਹੈ? ਜੀ, ਇਹ ਜਿਹੜੀ ਚਾਰਲਸ ਸਪੀਅਰਮੈਨ ਹੈ, ਇਹਨੇ ਜਰਨਲ ਇੰਟੈਲੀਜੈਂਸ ਦੀ ਥਿਊਰੀ ਦਿੱਤੀ ਹੈ। ਜੀ ਫੈਕਟਰ ਦਾ ਮਤਲਬ ਜਰਨਲ ਇੰਟੈਲੀਜੈਂਸ ਹੀ ਹੈ। ਸੀ ਆਪਸ਼ਨ ਬਿਲਕੁਲ ਸਹੀ ਹੈ। ਹੁਣ ਇਸ ਥਿਊਰੀ ਦੇ ਵਿੱਚ ਹੈ ਕੀ ਹੈ? ਜੋ ਸਪੀਅਰਮੈਨ ਕਹਿੰਦਾ ਹੈ ਕਿ ਕਿਸੇ ਵੀ ਮੈਂਟਲ ਅਬਿਲਿਟੀ ਦੇ ਟੈਸਟ ਨੂੰ ਕੰਪਲੀਟ ਕਰਨ ਵਾਸਤੇ ਇੱਕ ਜੀ ਫੈਕਟਰ ਹੁੰਦਾ ਹੈ, ਠੀਕ ਹੈ, ਜੋ ਜੋ ਵਿਦਿਆਰਥੀ ਨੂੰ ਜਾਂ ਇਨਸਾਨ ਨੂੰ ਹੈਲਪ ਕਰਦਾ ਹੈ ਹੋਰਨਾਂ ਮੈਂਟਲ ਅਬਿਲਿਟੀ ਟੈਸਟ ਨੂੰ ਕਲੀਅਰ ਕਰਨ ਵਾਸਤੇ। ਜਿਹਦੇ ਵਿੱਚ ਜੀ ਫੈਕਟਰ ਹੋਏਗਾ, ਉਹ ਕਿਸੇ ਵੀ ਇੰਟੈਲੀਜੈਂਸ ਟੈਸਟ ਨੂੰ ਜਿਹੜਾ ਮੈਂਟਲ ਅਬਿਲਿਟੀ ਨਾਲ ਰਿਲੇਟਡ ਹੈ ਉਹਨੂੰ ਕਲੀਅਰ ਕਰ ਸਕਦਾ ਹੈ। ਤੇ ਇਹਦੇ ਬੇਸ ਤੇ ਉਹਨੇ ਇੱਕ ਇਹ ਵੀ ਕਿਹਾ ਸੀ ਕਿ ਇੰਟੈਲੀਜੈਂਸ ਨੂੰ ਤੁਸੀਂ ਮਈਅਰ ਕਰ ਸਕਦੇ ਹੋ ਕਿਸੇ ਨੰਬਰ ਦੇ ਵਿੱਚ। ਜੀ ਫੈਕਟਰ ਮਤਲਬ ਜਰਨਲ ਇੰਟੈਲੀਜੈਂਸ। ਅਗਲਾ ਪ੍ਰਸ਼ਨ ਹੈ ਜੀ, ਦਾ ਫੈਕਟ ਦੈਟ ਚਿਲਡਰਨ ਰਿਕਵਾਇਰ ਕਲਚਰਲੀ ਰੈਲੀਵੈਂਟ ਨੋਲੇਜ ਐਂਡ ਸਕਿੱਲ ਇਜ਼ ਐਟਰੀਬਿਊਟਡ ਟੂ, ਮਤਲਬ ਕਿ ਬੱਚਿਆਂ ਨੂੰ ਸੱਭਿਆਚਾਰਕ ਤੌਰ ਤੇ ਢੁਕਵੇਂ ਗਿਆਨ ਅਤੇ ਹੁਨਰਾਂ ਦੀ ਲੋੜ ਹੁੰਦੀ ਹੈ, ਇਹ ਇਹਨਾਂ ਦੇ ਵਿੱਚੋਂ ਕਿਹਨੇ ਕਿਹਾ ਸੀ ਜਾਂ ਇਹ ਤੱਥ ਦੇ ਨਾਲ ਕਿਹੜਾ ਸਹਿਮਤ ਸੀ? ਦੇਖੋ, ਜਿਹੜੀ ਲੀਵ ਵਿਗੋਟਸਕੀ ਦੀ ਥਿਊਰੀ ਹੈ, ਉਹਨੂੰ ਆਪਾਂ ਸੋਸ਼ੋ ਕਲਚਰ ਥਿਊਰੀ ਦੇ ਨਾਂ ਨਾਲ ਜਾਣਦੇ ਹਾਂ, ਉਹਦੇ ਵਿੱਚ ਉਹਨੇ ਸਾਫ ਸਾਫ ਕਿਹਾ ਹੈ ਕਿ ਜਿਹੜਾ ਲਰਨਰ ਹੈ ਜਾਂ ਜਿਹੜਾ ਬੱਚਾ ਹੈ ਜੋ ਸਿੱਖਦਾ ਹੈ, ਉਹ ਸਮਾਜ ਦੇ ਨਾਲ ਆਦਾਨ ਪ੍ਰਦਾਨ ਕਰਕੇ ਜਾਂ ਸਮਾਜ ਨੂੰ ਦੇਖ ਕੇ ਸਿੱਖਦਾ ਹੈ, ਤੇ ਉਹਨੂੰ ਸਿੱਖਣ ਦੇ ਵਿੱਚ ਉਹਦੇ ਟੀਚਰਸ ਦਾ ਤੇ ਬਾਕੀਆਂ ਦਾ ਕਾਫੀ ਯੋਗਦਾਨ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ ਇਹਦਾ ਜਿਹੜੀ ਸੋਸ਼ਲ ਕਲਚਰ ਜਾਂ ਕਲਚਰ ਦੇ ਨਾਲ ਰਿਲੇਟਡ ਜਿਹੜੀ ਲਰਨਿੰਗ ਹੈ ਇਹਦੇ ਬਾਰੇ ਕਿਹਨੇ ਕਿਹਾ ਜੀ? ਲੀਵ ਵਿਗੋਟਸਕੀ ਇਹਦਾ ਸਹੀ ਜਵਾਬ ਹੈ। ਅਗਲਾ ਪ੍ਰਸ਼ਨ ਹੈ ਜੀ, ਕੋਈ ਵੀ ਬੱਚਾ ਸਿੱਖਣਾ ਸ਼ੁਰੂ ਕਰਦਾ ਹੈ, ਚਿਲਡਰਨ ਸਟਾਰਟ ਲਰਨਿੰਗ ਫਰੋਮ। ਹਾਂਜੀ, ਦੇਖੋ ਜਿੰਨੇ ਵੀ ਆਪਸ਼ਨ ਨੇ ਇਹ ਸਾਰੇ ਪੜ੍ਹੋ। ਇਹਦੇ ਵਿੱਚ ਸਾਨੂੰ ਪਤਾ ਹੈ ਕਿ ਬੱਚਾ ਜਿਹੜਾ ਹੈ ਆਪਣੇ ਜਨਮ ਤੋਂ ਹੀ ਸਿੱਖਣਾ ਸ਼ੁਰੂ ਕਰ ਦਿੰਦਾ ਹੈ, ਪਹਿਲੇ ਦਿਨ ਤੋਂ ਹੀ ਬੱਚਾ ਕੁਝ ਨਾ ਕੁਝ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਇਹਦਾ ਸਹੀ ਜਵਾਬ ਹੈ ਜੀ, ਆਪਣੇ ਜਨਮ ਤੋਂ ਹੀ। ਦਾ ਚਿਲਡਰਨ ਸਟਾਰਟ ਲਰਨਿੰਗ ਫਰੋਮ ਹਿਸ ਬਰਥ, ਡੀ ਆਪਸ਼ਨ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਮਨੋਵਿਗਿਆਨ ਨੇ ਸਿੱਖਿਆ ਨੂੰ ਬਣਾ ਦਿੱਤਾ ਹੈ। ਮਨੋਵਿਗਿਆਨ ਜਿਹਨੂੰ ਅਸੀਂ ਸਾਈਕੋਲੋਜੀ ਕਹਿ ਸਕਦੇ ਹਾਂ, ਸਾਈਕੋਲੋਜੀ ਨੇ ਸਿੱਖਿਆ ਨੂੰ ਚਾਈਲਡ ਸੈਂਟਰਡ ਬਣਾ ਦਿੱਤਾ ਹੈ। ਚਾਈਲਡ ਸੈਂਟਰਡ, ਅੱਜ ਕੱਲ ਅਸੀਂ ਚਾਈਲਡ ਸੈਂਟਰਡ ਐਜੂਕੇਸ਼ਨ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲਾਂ ਅਧਿਆਪਕ ਸੈਂਟਰਡ ਹੁੰਦੀ ਸੀ, ਪਹਿਲਾਂ ਬੱਚੇ ਬਾਰੇ ਨਹੀਂ ਸੋਚਿਆ ਜਾਂਦਾ ਕਿ ਬੱਚੇ ਨੂੰ ਜੋ ਅਸੀਂ ਪੜ੍ਹਾ ਰਹੇ ਉਹਨੂੰ ਸਮਝ ਆ ਰਿਹਾ ਕਿ ਨਹੀਂ ਆ ਰਿਹਾ। ਅੱਜ ਕੱਲ ਇੰਡੀਵਿਜੁਅਲ ਡਿਫਰੈਂਸ ਬਾਰੇ, ਹਰ ਇੱਕ ਬੱਚਾ ਇੱਕ ਅਲੱਗ ਹੈ, ਬੱਚੇ ਦੇ ਸੁਭਾਅ ਦੇ ਅਕੋਰਡਿੰਗ ਉਹਨੂੰ ਐਜੂਕੇਟ ਕਰਨਾ, ਉਹਨੂੰ ਦੇਖਣਾ ਹੈ ਕਿ ਉਹ ਕੀ ਸਿੱਖਣਾ ਚਾਹੁੰਦਾ ਹੈ ਜਾਂ ਕੀ ਸਿੱਖ ਰਿਹਾ ਹੈ। ਚਾਈਲਡ ਸੈਂਟਰਡ ਐਜੂਕੇਸ਼ਨ ਹੋ ਚੁੱਕੀ ਹੈ ਜੀ, ਸੀ ਆਪਸ਼ਨ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਕਿਸ਼ੋਰ ਅਵਸਥਾ ਦਾ ਲੱਛਣ ਨਹੀਂ ਹੈ? ਵੇਖੋ, ਜਿਹੜੀ ਕਿਸ਼ੋਰ ਅਵਸਥਾ ਹੈ ਇਹਦੇ ਵਿੱਚ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਦੋਵਾਂ ਦੇ ਵਿੱਚ ਕਾਫੀ ਚੇਂਜ ਆਉਂਦੇ ਨੇ, ਉਹਨੂੰ ਉਹਦੇ ਵਿਚਾਰ ਵੀ ਬਦਲਦੇ ਨੇ ਜਿਹਦੇ ਨਾਲ ਉਹਨੂੰ ਕਾਫੀ ਪ੍ਰੋਬਲਮ ਵੀ ਆਉਂਦੀ ਹੈ, ਉਹਦਾ ਸਰੀਰਕ ਬਦਲਾਵ ਵੀ ਆਉਂਦੇ ਨੇ। ਹੁਣ ਇਹਦੇ ਵਿੱਚ ਜਿਹੜਾ ਲਿਖਿਆ ਸਰੀਰਕ ਪਰਿਵਰਤਨ, ਆਪਣੀ ਹੋਂਦ ਨੂੰ ਸਾਬਤ ਕਰਨਾ, ਊਰਜਾਵਾਨ ਹੋਣਾ, ਇਹ ਤੇ ਸਾਰੇ ਹੈਗੇ ਆ, ਪਰ ਵਿਵਹਾਰ ਦੀ ਸਥਿਰਤਾ, ਅਜੇ ਜਦੋਂ ਕਿਸ਼ੋਰ ਅਵਸਥਾ 'ਚ ਬੱਚਾ ਹੁੰਦਾ ਹੈ ਤਾਂ ਉਹਦਾ ਸਟੇਬਿਲਿਟੀ ਨਹੀਂ ਆਈ ਹੁੰਦੀ ਉਹਦੇ ਬਿਹੇਵੀਅਰ ਦੇ ਵਿੱਚ, ਅਜੇ ਥੋੜ੍ਹਾ ਜਿਹਾ ਅਸਥਿਰਤਾ ਦਾ ਮਾਹੌਲ ਹੁੰਦਾ ਹੈ, ਵਿਵਹਾਰ ਦੀ ਸਥਿਰਤਾ, ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਬੱਚੇ ਦੇ ਬੌਧਿਕ ਵਿਕਾਸ ਦੀਆਂ ਚਾਰ ਵੱਖ-ਵੱਖ ਪੜਾਵਾਂ ਬਾਰੇ ਕਿਸ ਨੇ ਪਹਿਚਾਣ ਕੀਤੀ ਸੀ? ਸਾਨੂੰ ਪਤਾ ਹੈ ਜੀ, ਜਿਹੜੀ ਪਿਆਜੇ ਦੀ ਥਿਊਰੀ ਹੈ, ਪਿਆਜੇ ਦੀ ਇੰਟੈਲੀਜੈਂਸ ਡਿਵੈਲਪਮੈਂਟ ਦੀ ਜਿਹੜੀ ਸੌਰੀ ਇੰਟੈਕਚੁਅਲ ਡਿਵੈਲਪਮੈਂਟ ਦੀ ਜਿਹੜੀ ਥਿਊਰੀ ਹੈ ਉਹਦੇ ਵਿੱਚ ਪਿਆਜੇ ਨੇ ਚਾਰ ਸਟੇਜਸ ਦੀ ਗੱਲ ਕੀਤੀ ਹੈ। ਕਿਹੜੀਆਂ ਕਿਹੜੀਆਂ ਸਟੇਜਸ ਸੀ? ਸੈਂਸਰੀ ਮੋਟਰ ਸਟੇਜ, ਪ੍ਰੀ ਓਪਰੇਸ਼ਨਲ ਸਟੇਜ, ਕੰਕਰੀਟ ਓਪਰੇਸ਼ਨਲ ਸਟੇਜ ਤੇ ਫਾਰਮਲ ਓਪਰੇਸ਼ਨਲ ਸਟੇਜ। ਇਹ ਚਾਰ ਸਟੇਜਸ ਬਾਰੇ ਕਿਹਨੇ ਕਿਹਾ ਸੀ ਜੀ? ਜੀਨ ਪਿਆਜੇ ਨੇ, ਸੀ ਆਪਸ਼ਨ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਦਾ ਐਮਫੈਸਿਸ ਫਰੋਮ ਟੀਚਿੰਗ ਟੂ ਲਰਨਿੰਗ ਕੈਨ ਬੀ ਸ਼ਿਫਟਡ ਬਾਏ। ਦੇਖੋ, ਬੱਚੇ ਨੂੰ ਤੁਸੀਂ ਟੀਚ ਕਰਨਾ ਚਾਹ ਰਹੇ ਹੋ ਕਿ ਬੱਚਾ ਆਪਣੇ ਆਪ ਸਿੱਖੇ, ਲਰਨ ਕਰੇ, ਟੀਚਿੰਗ ਤੇ ਲਰਨਿੰਗ, ਜੋ ਕਿ ਟੀਚਿੰਗ ਤੋਂ ਲਰਨਿੰਗ ਤੇ ਸ਼ਿਫਟ ਹੋਣਾ ਹੈ ਤਾਂ ਕੀ ਕਰਨਾ ਪਏਗਾ? ਸਾਨੂੰ ਬੱਚੇ ਦੇ ਸੁਭਾਅ ਦੇ ਅਕੋਰਡਿੰਗ ਉਹਨੂੰ ਸਿਖਾਉਣਾ ਪਏਗਾ। ਅਡੋਪਟਿੰਗ ਚਾਈਲਡ ਸੈਂਟਰਡ ਪੈਡਾਗੋਗੀ, ਬਾਲ ਕੇਂਦਰਿਤ
ਪੜ੍ਹਾਉਣ ਦੇ ਤਰੀਕੇ ਨੂੰ ਅਪਣਾਉਣਾ? ਪ੍ਰਸ਼ਨ ਦਾ ਜਵਾਬ ਹੈ ਜੀ ਏ। ਅਗਲਾ ਪ੍ਰਸ਼ਨ ਹੈ ਜੀ, ਲਰਨਿੰਗ ਇਨਕਲੂਡ ਐਕੁਇਜੀਸ਼ਨ ਐਂਡ ਰਿਟੈਂਸ਼ਨ ਬੋਥ, ਹੂ ਸੈਡ ਦਿਸ? ਇਹ ਕਿਸਨੇ ਕਹੇ ਸੀ ਜੀ? ਬੀ ਐਫ ਸਕਿਨਰ ਨੇ ਇਹ ਕਿਹਾ ਸੀ ਜੀ, ਕੁਝ ਕਿਤਾਬਾਂ ਤੇ ਕਿਸੇ ਹੋਰ ਵਿਅਕਤੀ ਦਾ ਨਾਮ ਵੀ ਲਿਖਿਆ, ਪਰ ਬੀ ਐਫ ਸਕਿਨਰ ਨੇ ਇਹ ਕਿਹਾ ਸੀ ਕਿ ਤੁਸੀਂ ਐਕੁਇਜੀਸ਼ਨ ਤੋਂ ਬਾਅਦ ਰਿਟੈਂਸ਼ਨ ਦੇ ਲੈਵਲ ਤੱਕ ਪਹੁੰਚਦੇ ਹੋ ਤਾਂ ਲਰਨਿੰਗ ਨੂੰ ਕੰਪਲੀਟ ਮੰਨਿਆ ਜਾਂਦਾ। ਅਗਲਾ ਪ੍ਰਸ਼ਨ ਹੈ ਜੀ, ਲਰਨਿੰਗ ਕੰਪਲੀਟ ਦਾ ਮਤਲਬ ਕਿ ਲਰਨਿੰਗ ਕਰ ਰਿਹਾ। ਅਗਲਾ ਪ੍ਰਸ਼ਨ ਹੈ ਜੀ, ਏ ਸਟੂਡੈਂਟ ਵਰਕਸ ਹਾਰਡ ਟੂ ਕਲੀਅਰ ਐਨ ਐਂਟਰੈਂਸ ਐਗਜ਼ਾਮ ਫਾਰ ਐਡਮਿਸ਼ਨ ਇਨ ਟੂ ਮੈਡੀਕਲ ਕਾਲਜ, ਦਾ ਸਟੂਡੈਂਟ ਇਜ ਸੈਟ ਟੂ ਬੀ। ਦੇਖੋ, ਕੋਈ ਵਿਦਿਆਰਥੀ ਕਿਸੇ ਕਾਲਜ ਦੇ ਵਿੱਚ ਦਾਖਲੇ ਦੇ ਲਈ ਜਾਂ ਮੈਡੀਕਲ ਕਾਲਜ ਦੇ ਵਿੱਚ ਦਾਖਲੇ ਦੇ ਲਈ ਬਹੁਤ ਮਿਹਨਤ ਕਰਦਾ, ਬਹੁਤ ਮਿਹਨਤ ਕਰ ਰਿਹਾ। ਕਿਉਂ ਕਰ ਰਿਹਾ ਮਿਹਨਤ? ਉਹ ਕਿਸ ਤਰ੍ਹਾਂ ਦਾ ਮੋਟੀਵੇਟਡ ਹੈ? ਐਕਸਪੈਰੀਮੈਂਟਲੀ, ਇੰਟਰਿੰਜਿਕਲੀ, ਐਕਸਟਰਿੰਜਿਕਲੀ ਜਾਂ ਇੰਡੀਵਿਜੁਅਲੀ? ਦੇਖੋ, ਜਦੋਂ ਕੋਈ ਵਿਅਕਤੀ ਆਪਣੇ ਆਪ ਕਿਸੇ ਟੈਸਟ ਨੂੰ ਕਲੀਅਰ ਕਰਨ ਵਾਸਤੇ ਮਿਹਨਤ ਕਰ ਰਿਹਾ, ਤਾਂ ਮਤਲਬ ਉਹ ਅੰਦਰੂਨੀ ਤੌਰ ਤੇ ਮੋਟੀਵੇਟਡ ਹੈ। ਇਹਨੂੰ ਤੁਸੀਂ ਇੰਟਰਿੰਜਿਕਲੀ ਕਹਾਂਗੇ ਅਸੀਂ, ਇੰਟਰਿੰਜਿਕ ਥਿਊਰੀ ਆਫ ਮੋਟੀਵੇਸ਼ਨ, ਯਾਨੀ ਕਿ ਅੰਦਰੂਨੀ ਤੌਰ ਤੇ ਮੋਟੀਵੇਟਡ ਹੈ ਜੀ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਡੈਸ਼ ਇਜ ਨਾਟ ਕੰਸਿਡਰਡ ਏ ਸਾਈਨ ਆਫ ਬੀਇੰਗ ਗਿਫਟਡ। ਹਾਂ, ਗਿਫਟਡ ਚਾਈਲਡ ਦੀ ਕਿਹੜੀ ਨਿਸ਼ਾਨੀ ਇਹਨਾਂ ਚੋਂ ਨਹੀਂ ਹੈ? ਜਿਹੜਾ ਚਾਈਲਡ ਗਿਫਟਡ ਹੈ, ਉਹਦੇ ਵਿੱਚ ਨਵੇਂ ਨਵੇਂ ਆਈਡੀਆ ਉਹਦੇ ਦਿਮਾਗ 'ਚ ਆਉਂਦੇ ਨੇ, ਕ੍ਰੀਏਟਿਵ ਆਈਡੀਆਜ਼, ਠੀਕ ਹੈ, ਨੋਵਲਟੀ ਇਨ ਐਕਸਪ੍ਰੈਸ਼ਨ ਉਹ ਆਪਣੇ ਪ੍ਰਗਟਾ ਕਰ ਸਕਦਾ ਡਿਫਰੈਂਟ ਤਰੀਕਿਆਂ ਨਾਲ, ਕਰਿਓਸਿਟੀ ਉਹਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ। ਹੁਣ ਇਹ ਜਿਹੜਾ ਆਪਸ਼ਨ ਦਿੱਤਾ ਹੈ ਕਿ ਫਾਈਟਿੰਗ ਵਿਦ ਅਦਰਸ, ਇਹ ਕੋਈ ਜ਼ਿਆਦਾ ਰੈਲੀਵੈਂਟ ਨਹੀਂ ਲੱਗ ਰਿਹਾ ਕਿ ਦੂਜਿਆਂ ਨਾਲ ਲੜਨਾ ਇਹ ਕ੍ਰੀਏਟਿਵ ਜਾਂ ਗਿਫਟਡ ਚਾਈਲਡ ਦੀ ਕੋਈ ਸਾਈਨ ਨਹੀਂ ਹੈ। ਬੀ ਆਪਸ਼ਨ ਹੈ ਜੀ। ਇਹਦੇ ਨਾਲ ਹੀ ਇਹ ਛੋਟਾ ਜਿਹਾ ਜੋ ਮੈਂ ਇੱਕ ਵੀਡੀਓ ਬਣਾਈ ਹੈ, ਇਹਦੇ ਵਿੱਚ ਹੁਣ ਦੇਖੋ ਜਿਹੜੇ ਜਿਹੜੇ ਆਪਾਂ ਇਹ ਵੀਡੀਓ ਬਣਾਉਣ ਦਾ ਕਾਰਨ ਇਹੀ ਹੈ ਕਿ ਤੁਸੀਂ ਇਹਦੇ ਵਿੱਚੋਂ ਕਿਹੜੇ ਟੌਪਿਕ ਚੰਗੀ ਤਰ੍ਹਾਂ ਪੜ੍ਹਨੇ ਨੇ, ਜਿਵੇਂ ਸਪੀਅਰਮੈਨ ਦੀ ਜਿਹੜੀ ਜੀ ਫੈਕਟਰ ਵਾਲੀ ਥਿਊਰੀ ਹੈ, ਇਹਨੂੰ ਤੁਸੀਂ ਪੜ੍ਹਨਾ, ਠੀਕ ਹੈ। ਜਿੰਨੀਆਂ ਵੀ ਥਿਊਰੀਆਂ ਨੇ, ਜੀਨ ਪਿਆਜੇ ਦੀ ਹੋ ਗਈ ਜਾਂ ਲੀਵਗੋਟਸਕੀ ਦੀ ਹੋ ਗਈ ਜਾਂ ਕੋਲਬਰਗ ਦੀ ਹੋ ਗਈ, ਇਹ ਤਿੰਨੇ ਥਿਊਰੀਆਂ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ, ਕਿਉਂਕਿ ਇਹਦੇ ਵਿੱਚ ਇਹ ਸਾਰੀਆਂ ਡਿਫਰੈਂਟ ਨੇ, ਸਾਈਕੋਲੋਜੀ ਨਾਲ ਰਿਲੇਟਡ ਇਹ 'ਚੋਂ ਕਾਫੀ ਕੁਐਸਚਨ ਆਉਂਦੇ ਨੇ। ਉਸ ਤੋਂ ਬਾਅਦ ਤੁਸੀਂ ਜਿਹੜੀ ਅਡੋਲਸੈਂਸ ਪੀਰੀਅਡ ਬਾਰੇ, ਬੱਚੇ ਨੂੰ ਕੀ ਪ੍ਰੋਬਲਮਸ ਆਉਂਦੀਆਂ ਨੇ ਜਾਂ ਇਹ ਕਦੋਂ ਹੁੰਦਾ, ਇਹਦੇ ਬਾਰੇ ਪੜ੍ਹਨਾ ਜੀ, ਠੀਕ ਹੈ। ਜੀਨ ਪਿਆਜੇ ਦੀ ਥਿਊਰੀ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਜੀ। ਉਸ ਤੋਂ ਬਾਅਦ ਚਾਈਲਡ ਸੈਂਟਰਡ ਜਾਂ ਕਹਿ ਲਓ ਕਿ ਇੰਡੀਵਿਜੁਅਲ ਡਿਫਰੈਂਸ ਦੇ ਅਕੋਰਡਿੰਗ ਤੁਸੀਂ ਕਾਫੀ ਕੁਐਸਚਨ ਆਉਂਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਆ ਜਿਹੜੀ ਥਿਊਰੀ ਆਫ ਮੋਟੀਵੇਸ਼ਨ ਜਾਂ ਇੰਟਰਿੰਜਿਕ ਥਿਊਰੀ ਆਫ ਮੋਟੀਵੇਸ਼ਨ, ਮੋਟੀਵੇਸ਼ਨ ਨਾਲ ਰਿਲੇਟਡ ਤੁਸੀਂ ਪੜ੍ਹਨਾ। ਜਿਹੜਾ ਜੀ ਫੈਕਟਰ ਉਹਦੇ ਵਿੱਚ ਆਈ ਕਿਊ ਵੀ ਆਉਂਦਾ ਹੈ ਜੀ, ਆਈ ਕਿਊ ਟੈਸਟ, ਆਈ ਕਿਊ ਟੈਸਟ ਦਾ ਕੀ ਨੰਬਰ ਹੁੰਦਾ ਹੈ, ਕਿੰਨੇ ਨੰਬਰ ਤੋਂ ਉੱਪਰ ਵਾਲਾ ਜਿਹੜਾ ਹੈ ਉਹ ਗਿਫਟਡ 'ਚ ਮੰਨਿਆ ਜਾਏਗਾ ਜਾਂ ਨੋਰਮਲ ਚਾਈਲਡ ਉਹਨੂੰ ਕਹਾਂਗੇ, ਇਹ ਤੁਸੀਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਜ਼ਰੂਰ ਦੇਖਣਾ। ਮੈਂ ਜਲਦ ਹੀ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗਾ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਹਰ ਇੱਕ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ।